आप देख रहे हैं APN वेब न्यूज, हर रोज एक नई खबर के साथ। कमिश्नरेट पुलिस वालों जिहड़े भैड़े पुरशां शक्ति पुरशां दे खिलाफ जिहड़ी आपां मुहिम लिखी है, इहदे विच सानूं एक बहुत वड्डी सफलता होई। CIA स्टाफ इन्हां दी टीम ने जिहड़े पंज दोषी जिहड़े दो वख वख मुकदमियां विच जिहड़े उह आपां अरैसट कीते आ, जिन्हां कोल करीब जिहड़ी 3 किलो अफीम ते 80,000 रुपया ड्रग मनी जिहड़ी उह असीं फड़ी है। 20 तरीक नूं इक असीं FIR लॉन्च कीती सी कमल पैलेस लागे। एक ਰਜਿੰਦਰ ਸਿੰਘ ਨਾਂ ਦਾ ਬੰਦਾ ਜਿਹੜਾ ਉਹਨੂੰ ਅਸੀਂ ਕਾਬੂ ਕੀਤਾ ਸੀਗਾ ਸ਼ੱਕ ਦੀ ਬਣਾ ਤੇ। ਜਦੋਂ ਅਸੀਂ ਇਹਨੂੰ ਮਤਲਬ ਕਿ ਉਹਨੂੰ ਚੈੱਕ ਕੀਤਾ ਤਾਂ ਉਹਦੇ ਕੋਲੋਂ ਸਾਨੂੰ 250 ਗ੍ਰਾਮ ਜਿਹੜੀ ਅਫੀਮ ਮਿਲੀ। ਉਹਦੀ ਅੱਗੇ ਪੁੱਛਗਿੱਛ ਅਤੇ ਅੱਗੇ ਫਰਦਰ ਜਦੋਂ ਅਸੀਂ ਉਹਦੀ ਬੈਕਵਰਡ ਲਿੰਕ ਐਸਟੈਬਲਿਸ਼ ਕੀਤੀ ਅਤੇ ਇੱਕ ਜਿਹੜਾ ਆਜ਼ਾਦ ਸਿੰਘ ਨਾਂ ਦਾ ਬੰਦਾ ਵਾ ਉਹਨੂੰ ਅਸੀਂ ਪੁੱਛਗਿੱਛ ਲਈ ਉਹਨੂੰ ਜਿੱਦਾਂ ਅਸੀਂ ਰਸ ਚੱਲਿਆ ਅਤੇ ਉਹਦੇ ਕੋਲੋਂ ਵੀ 250 ਗ੍ਰਾਮ ਜਿਹੜੀ ਅਫੀਮ ਮਿਲੀ। ਸੋ ਇਸ ਤਰ੍ਹਾਂ ਕਰਕੇ ਇਹਨਾਂ ਕੋਲ ਜਿਹੜਾ 500 ਗ੍ਰਾਮ ਇੱਕ ਐਕਟਿਵਾ ਇੱਕ ਮਰੂਤੀ ਕਾਰ ਜਿਹੜੀ ਉਹ ਜਿਹੜੀ ਇਹਨਾਂ ਤੋਂ ਆਪਾਂ ਨੂੰ ਰਿਕਵਰ ਹੋਈ। ਨੈਕਸਟ ਜਿਹੜਾ ਇੱਕ ਅਸੀਂ 188 ਨੰਬਰ ਮੁਕੱਦਮਾ ਜਿਹੜਾ ਅਸੀਂ 22-10 ਨੂੰ ਦਿੱਤਾ ਵਾ, ਇਹਦੇ ਵਿੱਚ ਲੱਡਵਾਲੀ ਰੋਡ 'ਤੇ ਫਾਟਕਾਂ ਦੇ ਨੇੜੇ ਜਿਹੜੇ 3 ਸ਼ੱਕੀ ਵਿਅਕਤੀ ਜਿਹੜੇ ਉਹ ਆ ਰਹੇ ਸੀ, ਉਹਨਾਂ ਨੂੰ ਜਦੋਂ ਚੈੱਕ ਕੀਤਾ ਉਹਨਾਂ ਕੋਲੋਂ ਸਾਨੂੰ 250 ਗ੍ਰਾਮ 250 ਕਿਲੋ ਜਿਹੜੀ ਅਫੀਮ ਅਤੇ 80,000 ਰੁਪਇਆ ਜਿਹੜਾ ਸਾਡਾ ਉਹਨਾਂ ਤੋਂ ਡਰੱਗ ਮਨੀ ਜਿਹੜਾ ਆਪਾਂ ਨੂੰ ਰਿਕਵਰ ਹੋਇਆ। ਉਹ ਵਿਅਕਤੀ ਜਿਹੜਾ ਸੱਤਿਆਪਾਲ ਸੀਗਾ, ਅਜੀਤ ਕੁਮਾਰ ਸੀਗੇ, ਗੌਤਮ, ਇਹ ਸਾਰੇ UP ਦੇ ਰਹਿਣ ਵਾਲੇ ਸੀਗੇ। ਇਹਨਾਂ ਕੋਲੋਂ ਸਾਰਿਆਂ ਤਿੰਨਾਂ ਕੋਲ ਹੀ ਸਾਨੂੰ ਜਿਹੜਾ ਇੰਨੀ ਜਿਹੜੀ ਅਫੀਮ ਅਤੇ ਡਰੱਗ ਮਨੀ ਜਿਹੜਾ ਉਹ ਰਿਕਵਰ ਹੋਇਆ। ਹੁਣ ਅਸੀਂ ਜਿਹੜੀ ਇਹਦੀ ਬੈਕਵਰਡ ਅਤੇ ਫਾਰਵਰਡ ਲਿੰਕੇਜ 'ਤੇ ਜਿਹੜਾ ਵਰਕਆਊਟ ਕਰਦੇ ਹਾਂ। ਅਸੀਂ ਜੋ ਵੀ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਹੋਰ ਜਿੱਦਾਂ ਵੀ ਜਿੱਦਾਂ ਸਾਡੀਆਂ ਬ੍ਰੇਕ ਥਰੂ ਹੋਇਆ ਅਸੀਂ ਇਹਦਾ ਵਰਕਆਊਟ ਜਿਹੜਾ ਕਰਾਂਗੇ।